ਮੰਦਭਾਗੀ ਜੀ ਜਿਹੜੀ ਹੋਈ ਜੀ ਇੱਕ ਮਿੰਟ ਦੋ ਚਾਰ ਮਿੰਟ ਦੇ ਵਿੱਚ ਵਿੱਚ ਹੋ ਗਈ, ਮੈਂ ਕੋਈ ਲੰਬਾ ਚੌੜਾ ਨਹੀਂ ਗਿਆ, ਮੈਂ ਸਿਰਫ ਮੇਰੀ ਪਿੱਠ ਹੋਈ ਉੱਧਰ ਨੂੰ, ਮੈਂ ਥੋੜ੍ਹਾ ਜਿਹਾ ਅੱਗੇ ਗਿਆ, ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਤਾਂ ਮੈਂ ਉਹਨੂੰ ਦਿਖਾਉਣ ਖਾਤਰ ਮਾੜਾ ਜਿਹਾ ਗਿਆ ਵੀ ਉੱਥੇ 'ਤੇ ਲੈ ਲਓ, ਠੀਕ ਹੈ। ਬਸ ਇੰਨਾ ਕੀ ਹੋਇਆ, ਬਸ ਸਿਰਫ ਚਾਰ ਪੰਜ ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ। ਅਤੇ ਇੱਕ ਜਿਹੜਾ ਲੜਕਾ ਥਾ ਇੱਥੇ ਹੁਣ 20-25 ਸਾਲ ਦਾ, 25 ਸਾਲ ਦਾ ਲੰਬ 25-26 ਸਾਲ ਦਾ, ਅਤੇ ਉਹ ਬਾਹਰਲੇ ਪਾਸੇ ਜ਼ਰੂਰ ਬੈਠਾ ਤਾ, ਦਰਵਾਜ਼ੇ ਦੇ ਬਾਹਰਲੇ ਪਾਸੇ ਬੜੀ ਦੇਰ ਦਾ ਬੈਠਾ ਤਾ। ਵੀ ਸਾਡੇ ਦਿਮਾਗ 'ਚ ਇਹ ਨਹੀਂ ਥਾ ਵੀ ਇਹਨੂੰ ਕਹੀਏ ਵੀ ਜਾ ਕੇ ਆਪ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਜਾਂ ਕੁਛ ਬੈਠਾ, ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ। ਇਹ ਇੰਨੇ 'ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ। ਹਾਂਜੀ, ਕੋਈ ਲੋਕਾਂ ਨੇ ਦੇਖਿਆ? ਲੋਕਾਂ ਨੇ, ਸੰਗਤ ਨੇ, ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇੱਥੇ ਸੰਗਤ ਆ ਗਈ, ਨਾਲ ਦੀ ਨਾਲ ਹੀ ਹੋਰ ਆ ਗਈ, ਤਾਂ ਉਹਨਾਂ ਨੇ ਕਿਹਾ ਵੀ ਹੁਣੇ ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਅਤੇ ਇੱਕ ਬੰਦਾ ਜਿਹੜਾ ਥਾ, ਇੱਕ ਮੁੰਡਾ ਹੋਰ ਥਾ, ਉਹ ਮੋਟਰਸਾਈਕਲ 'ਤੇ ਪਹਿਲਾਂ ਤਾਂ ਸਵਾਰ ਥਾ, ਅਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ। ਮੈਨੂੰ ਜਦੇ ਪਤਾ ਲੱਗ ਗਿਆ ਜੀ, 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ, ਉਸ ਤੋਂ ਬਾਅਦ ਜਦੇ 10 ਮਿੰਟ ਬਾਅਦ ਹੀ, 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ, ਪਰ ਜਦ ਤੱਕ ਉਹ ਨਿਕਲ ਚੁੱਕੇ ਥੇ। ਹਾਂਜੀ, ਹਾਂਜੀ, ਸਾਡੇ ਇੱਕ ਮਾਤਾ ਰਾਣੀ ਦੀ ਨੱਥ ਹੈ ਜੀ ਸੋਨੇ ਦੀ, ਅਤੇ ਸੋਨੇ ਦੇ 2 ਝੁਮਕੇ ਆ ਜੀ। ਨਹੀਂ, ਵਜਨ ਦਾ ਤਾਂ ਅੰਦਾਜ਼ਾ ਨਹੀਂ ਲਾ ਸਕਦੇ, ਅਤੇ ਕਮੇਟੀ ਨੂੰ ਪਤਾ ਹੋਊਗਾ ਜੀ, ਠੀਕ ਹੈ ਕਿ ਨਹੀਂ, ਮੈਂ ਨਹੀਂ ਇਸ ਬਾਰੇ ਕਹਿ ਸਕਦਾ। ਇਹ ਹੈਗਾ ਵੀ ਲੈ ਗਏ ਇੱਥੋਂ ਚੱਕ ਕੇ, ਕਮੇਟੀ ਮੁੱਕ ਤੇ ਆ ਗਈ ਸੀ ਜਾਣਕਾਰੀ। ਹਾਂ, ਜਦੇ ਅਸੀਂ ਮੰਦਰ ਕਮੇਟੀ ਨੂੰ ਜਿਹੜੀ ਹੈ ਫੋਨ ਕਰਤਾ ਥਾ, ਅਤੇ ਉਸ ਤੋਂ ਬਾਅਦ ਆਉਣ ਨੂੰ ਜਿਸ ਤਰ੍ਹਾਂ 10-15-20 ਮਿੰਟ ਲੱਗਦੇ, ਇਸ ਤਰ੍ਹਾਂ ਆ ਗਏ ਥੇ ਜੀ। ਅਤੇ ਪੁਲਿਸ ਵੀ ਆਈ ਮੌਕੇ? ਹਾਂਜੀ, ਪੁਲਿਸ ਵੀ ਆਈ ਜੀ, ਫਿਰ ਬਾਅਦ 'ਚ ਪੁਲਿਸ ਨੇ ਵੀ ਆਪਣਾ ਦੇਖ ਰੇਖ ਕੀਤੀ ਉਹਨਾਂ ਦੀ। ਹਾਂ, ਅਤੇ ਕੈਮਰੇ ਜਿਹੜੇ ਥੇ ਚੱਲਿਆ ਨਹੀਂ ਕਰਦੇ ਥੇ, ਇਸ ਕਰਕੇ। ਕਿੰਨੇ ਕੈਮਰੇ ਲੱਗੇ ਮੰਦਰ 'ਚ? ਮੰਦਰ 4 ਕੈਮਰੇ ਉੱਪਰ ਹੈ ਜੀ, ਬਾਕੀ ਸਾਰਾ ਮੰਦਰ ਜਿਹੜਾ ਕੈਮਰਿਆਂ ਨਾਲ ਲੈਸ ਹੈ, ਪਰ ਕੁਛ ਕੈਮਰੇ ਬੰਦ ਹੈ। ਉਹਨਾਂ ਨੂੰ ਪਤਾ ਨਹੀਂ ਲੱਗਿਆ ਸਾਨੂੰ ਵੀ ਬੰਦ ਆ, ਕਿਉਂਕਿ ਬੰਦ ਕਮਰੇ ਸਾਡੇ ਡੀਵੀ ਆ ਰਹੇ। ਕੈਮਰੇ ਚੱਲਦੇ ਉਹਨਾਂ 'ਚ ਲੱਗਦਾ ਕਿ ਉਹ ਬੰਦੇ ਆ ਸਕਦੇ ਕਿ ਉਹ ਆਸੇ ਪਾਸੇ? ਉਹਨਾਂ 'ਚ ਆਇਆ ਨਹੀਂ ਕਰਦੇ ਜੀ, ਉਹਨਾਂ 'ਚ ਨਹੀਂ ਆਇਆ ਕਰਦੇ, ਉਹ ਬਾਹਰਲੇ ਪਾਸੇ ਆ ਕੈਮਰੇ ਜਿਹੜੇ ਉਹ ਚੱਲਿਆ ਕਰਦੇ। ਮੰਦਰ ਦੇ ਅੰਦਰ ਦਾ ਕਮਰਾ, ਕੈਮਰੇ 4 ਦੇ 4 ਜਿਹੜੇ ਅੰਦਰ ਦੇ ਵਿੱਚ ਦਰਬਾਰ ਦੇ ਵਿੱਚ ਹੈ ਜਾਂ ਹਾਲ ਦੇ ਵਿੱਚ ਹੈ ਮੰਦਰ 'ਚ, ਉਹ 4 ਬੰਦ ਹੈ ਜੀ। ਅਤੇ ਇਹਦੀ ਕਦੀ ਸ਼ਿਕਾਇਤ ਨਹੀਂ ਮੰਦਰ ਕਮੇਟੀ ਨੂੰ ਹੋਈ ਕਿ ਕੈਮਰੇ ਬੰਦ ਹੈ, ਕੈਮਰੇ ਚਲਵਾ ਦਿਓ? ਸ਼ਿਕਾਇਤ ਅਸੀਂ ਤਾਂ ਕਰੀਏ, ਸਾਡੇ ਕੋਲ ਅਗਰ ਉਹ LCD ਹੋਵੇ, ਅਸੀਂ ਇਹ ਦੇਖ ਸਕੀਏ ਵੀ ਇਹ ਬੰਦ ਕਿਹੜਾ ਹੈ ਕਿਹੜਾ ਨਹੀਂ। ਇਹਦੀ ਚਾਬੀ ਜਿਹੜੀ ਹੈ ਕਮੇਟੀ ਕੋਲ ਹੁੰਦੀ ਹੈ ਜੀ, ਜਿੱਥੇ DVR ਵਗੈਰਾ ਜਾਂ ਇਹਦਾ ਸਿਸਟਮ ਪਿਆ ਨਾ ਸਾਰਾ, ਉਹ ਸਾਡੇ ਕੋਲ ਚਾਬੀ ਨਹੀਂ ਹੈ ਜੀ। ਪਤਾ ਨਹੀਂ ਲੱਗਦਾ, ਨਹੀਂ ਉੱਥੇ ਸਾਨੂੰ ਕਿਆ ਪਤਾ ਜੀ ਕਿਆ ਕਰਿਆ ਹੋਇਆ ਕਰਦਾ ਥੱਲੇ, ਕਿਆ ਨਹੀਂ ਹੋਇਆ ਕਰਦਾ। ਸ਼ੰਕਾ ਹੋਵੇ ਕਿਸੇ ਬੰਦੇ ਤੇ? ਨਹੀਂ ਜੀ, ਸ਼ੰਕਾ ਅਸੀਂ ਇਸ ਬਗੈਰ ਕਹੇ ਤਾਂ ਕਿਸੇ ਨੂੰ ਨਹੀਂ ਕਹਿ ਸਕਦੇ। ਸੰਗਤ ਬਹੁਤ ਆਉਂਦੀ ਅੱਜ ਕੱਲ੍ਹ, ਨਸ਼ੇ ਦਾ ਜ਼ਮਾਨਾ ਚੱਲਿਆ ਹੋਇਆ, ਠੀਕ ਹੈ ਜੀ, ਨਸ਼ੇ 'ਚ ਕੋਈ ਵੀ ਆ ਜੀ ਨਸ਼ੇ ਬੈਠਾ ਸੀ, ਲੱਗਦਾ ਸੀ ਨਸ਼ੇੜੀ ਹੋਊਗਾ ਉਹ, ਤੁਹਾਨੂੰ ਸ਼ਕਲ ਦੇਖ ਕੇ ਲੱਗਦਾ ਸੀ ਐਸਾ? ਨਹੀਂ ਤਾਂ ਇੰਨੀ ਗੌਰ ਨਾਲ ਅਸੀਂ ਸ਼ਕਲ ਵੀ ਇਹਨਾਂ ਨੇ ਦੇਖੀ, ਸਾਨੂੰ ਕਿਆ ਪਤਾ ਇਹਨੇ ਚੋਰੀ ਕਰਨ ਦੀ ਨੀਤ 'ਚ ਬੈਠਾ ਜੀ। ਇੰਨੀ ਸ਼ਕ ਮਤਲਬ ਅਸੀਂ ਗੌਰ ਨਾਲ ਨਹੀਂ ਨਾ ਉਹ ਦੇਖਿਆ ਇੰਨਾ, ਵੀ ਬੈਠਾ ਕੋਈ ਬੈਠਾ ਰਿਹਾ, ਦੁਨੀਆ ਬੈਠੀ ਰਹਿੰਦੀ ਹੈ, ਆਉਂਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ, ਕੋਈ ਨਹੀਂ, ਠੀਕ ਹੈ। ਹਾਂਜੀ, ਮੈਂ ਕਿਹਾ ਸਾਨੂੰ ਤਾਂ 7:30 ਨਾਮ ਭੂਸ਼ਣ ਕੁਮਾਰ। ਭੂਸ਼ਣ ਜੀ, ਕੀ ਮਾਮਲਾ? ਮਾਮਲਾ ਇਹ ਹੈ ਜੀ ਵੀ 7:30-8 ਮੈਨੂੰ ਪਿੰਡ ਜੀ ਦਾ ਫੋਨ ਆਇਆ, ਮੈਂ ਤਾਂ ਆਪਣੇ ਘਰ ਤਾਂ, ਅਤੇ ਉਹ ਕਹਿੰਦੇ ਇੱਦਾਂ ਇੱਦਾਂ ਹੋ ਗਿਆ, ਆਪਾਂ ਉੱਪਰ ਆਏ ਪੰਡਿਤ ਜੀ ਨਾ, ਸਾਡੇ ਨਾਲ ਕਿਤੇ ਜਾਣਾ ਤਾਂ ਮਨੀਮਹੇਸ਼, ਠੀਕ ਹੈ ਜੀ, ਉਹ ਕਿਤੇ ਝੰਡਾ ਝੁੰਡਾ ਵਾ ਪਤਾ ਨਹੀਂ ਬਾਹਰ ਕਰਦੇ ਤੇ ਤਿਆਰ, ਇੰਨੇ ਟਾਈਮ ਦੂਜੇ ਪੰਡਿਤ ਜੀ ਬਾਹਰ ਚੱਲ ਗਏ, ਬਸ ਇੰਨੇ ਟਾਈਮ 'ਚ ਹੀ ਹੋ ਗਿਆ ਜੀ ਕੰਮ। ਨੱਥ ਝੁੰਮਕੇ ਇਹਦਾ ਕੋਈ ਆਈਡੀਆ ਨਹੀਂ, ਉਹ ਬਿੱਲ ਦੇਖਣਾ ਪੈਣਾ ਜੀ। ਕੈਮਰੇ ਤਾਂ ਹੈਗੇ ਜੀ 15-16 ਚੱਲਦੇ ਭਾਅ ਜੀ, ਅਸੀਂ ਪਿੱਛੇ 1 ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ, ਸਾਰੇ ਚੱਲਦੇ ਸੀ, ਹੁਣ ਦੋ ਰੋਜ਼ ਅਸੀਂ ਵੀ ਨਹੀਂ ਦੇਖਦੇ, ਐਤਵਾਰ ਨੂੰ ਆਈਦਾ, ਕਿਤੇ ਕੰਮ ਚੱਲਦਾ ਹੋਵੇ ਤਾਂ ਆਈਦਾ, ਠੀਕ ਹੈ ਜੀ। ਅਤੇ
ਚੱਲਦੇ ਤੇ ਹੁਣ ਕਿਆ ਕਹਿ ਸਕਦੇ ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ, ਡੀਬੀਟੀ ਸਾਡੀ ਥੱਲੇ ਪਈ ਹੁੰਦੀ। ਸ਼ੱਕ ਹੁਣ ਅਸੀਂ ਇੱਦਾਂ ਕਿਹਦੇ ਸ਼ੱਕ ਦੁਨੀਆ ਆਉਂਦੀ ਜੀ ਦਰਬਾਰ 'ਤੇ, ਹੁਣ ਕਿਹਦੇ ਸ਼ੱਕ ਕਰ ਸਕਦੇ। ਹੁਣ ਇੱਕ ਸਾਡਾ ਮੁੰਡਾ ਹੈਗਾ ਬੈਠਾ, ਇਹਨੇ ਦੇਖਿਆ ਵੀ ਮੁੰਡਾ ਬਾਹਰ ਕਾਫੀ ਟਾਈਮ ਬੈਠਾ ਰਿਹਾ, ਉਹ ਬੈਂਚ 'ਤੇ ਬੈਠ ਕੇ ਮੋਬਾਈਲ ਚਲਾਉਂਦਾ ਰਿਹਾ, ਨੀਲੇ ਰੰਗ ਦਾ ਕਵਰ ਇਹਨੂੰ ਲੱਗਿਆ ਵੀ ਹੈਗਾ ਉਹਨੂੰ ਤਾਂ। ਅਤੇ ਬਸ ਇੰਨੇ ਟਾਈਮ 'ਚ ਪਤਾ ਨਹੀਂ ਪੰਡਿਤ ਜੀ ਬਾਹਰ ਗਏ, ਇੰਨੇ ਟਾਈਮ 'ਚ ਕੰਮ ਹੋ ਗਿਆ, ਉਹਦੀ ਸ਼ਕਲ ਨਜ਼ਰ ਆ ਨਹੀਂ ਰਹੀ, ਦੇਖ ਰਿਹਾ ਹੁਣ ਡੀ ਬੀ ਆਰ ਨੂੰ। ਹਾਂਜੀ ਬਿਲਕੁਲ ਜੀ ਬਿਲਕੁਲ। ਕੱਲ੍ਹ ਮੈਨੂੰ 7:30 ਵਜੇ ਕੋਲ ਆਈ ਸੀ, 7:30 ਨਹੀਂ ਕਰੀਬ 9:30 ਵਜੇ ਕੋਲ ਆਈ ਸੀ, 7:30 ਅਤੇ 7:45 ਦੇ ਵਿੱਚ ਇੱਕ ਝੁਮਕੇ ਮਾਤਾ ਰਾਣੀ ਦੇ ਚੋਰੀ ਹੋਏ ਨੇ। ਤਾਂ ਪੰਡਾ ਜੀ ਤਾਂ ਇੱਥੇ ਸੀ, ਕਹਿੰਦੇ 2 ਮਿੰਟ ਲਈ ਬਾਹਰ ਗਏ ਨੇ, ਇੱਥੇ ਮੈਂ ਦੇਖਦਾ ਵੀ ਰਹਿੰਦਾ, 2-3 ਵਾਰ ਮੈਂ ਗੇੜਾ ਵੀ ਮਾਰਿਆ ਅਤੇ ਕਾਫੀ ਇੱਥੇ ਸਟਾਫ ਰਹਿੰਦਾ ਹੈ, ਪਰ ਪਤਾ ਨਹੀਂ ਕਿੱਦਾਂ ਕੋਈ ਬੰਦਾ ਮੌਕਾ ਸਾਂਭ ਗਿਆ। ਬਾਕੀ ਹਲੇ ਵੈਰੀਫਾਈ ਕਰ ਰਿਹਾ ਜੀ, ਕੈਮਰੇ ਚੈੱਕ ਕਰ ਰਹੇ, ਮੈਂ ਕੈਮਰੇ ਵੀ ਚੈੱਕ ਕਰਕੇ ਗਿਆ ਸੀ 15 ਦਿਨ ਪਹਿਲਾਂ, ਕੈਮਰਾ ਹੀ ਵਰਕਿੰਗਸ 'ਤੇ, ਅਤੇ ਹੁਣ ਦੇਖਦੇ ਉਹਨਾਂ ਵਿੱਚ ਜੇ ਆਉਂਦਾ ਜੀ ਕੁਛ। ਨਹੀਂ ਸ਼ੱਕ ਹਲੇ ਨਹੀਂ ਜੀ, ਹੁਣ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਉੱਥੇ ਮੌਜੂਦ ਸੀ ਜੀ, ਬਾਕੀ ਤੁਹਾਨੂੰ ਦੱਸਦੇ ਹਾਂ ਅਗਲੀ ਅਪਡੇਟ।